درود پاک پڑھو سارے سارے. صادق آل محمد فرمیندن برود محشر بڑا روشن اور منور ہو سی. مولا فرمیندن ہر اس بندے دا چہرہ جڑا ساڈی ذات تے کھلے چہرے نال درود پڑھدا ہے. شریعت کا ہے پیو دی نہیں ہے کلمہ پاک رسول دا ہے. جے تو دستر خان تے آ موت گئی اے مرنا وہی مردود دا ہے اون دی لاش کو کتے پٹ کھا سن جڑا دشمن پاک پتو. نعرہ حیدری علی کا نام جو آوے غرور جھک ویندا ہے نال ایمان والے نال. علی کا نام جو آوے غرور جھک ویندا ہے. علی دا نام سن کے حرامی دا خون سوک ویندا ہے. اوے مومنا اس نام دی میں کیا تعریف کراں جے دا قدم رکاب تے آندے قرآن مک ویندا ہے. نعرہ حیدری پڑھتا پیا قادی کوئی بیمار ہوئے بچڑے جی نے ہے.
ਅੱਜ ਕੋਲ ਬੈਠ ਜੱਟੀ ਵਾਲਾ ਕੁਝ ਨਹੀਂ ਦਿੰਦਾ ਇਹਦਾ ਸਾਰਾ ਬਹੁਤ ਮੇਰੇ ਬਾਜਬੁਲ ਖਦਰ ਬਹੁਤ ਸਾਰੇ ਜਿੰਨੇ ਵੀ ਸਾਰੇ ਮਹਿਮਾਨ ਆਲਮ ਬਾਸ ਕੋ ਮੇ ਰਜ਼ਾ ਦੇ ਬਾਬੇ ਦੇ ਕਹਿ ਦਾ ਸਦਕਾ ਮੋਲਾ ਇੱਕੋ ਢੇਰ ਤਰਕਿਆ ਤਾ ਫਰਮਾ ਜ਼ਾਕਰੀ ਸਾਹਿਬ ਨਾਲ ਸਾਡੇ ਬਾਬੇ ਦਾ ਸ਼ਗਿਰਦ ਦਾ ਕੋ ਸ਼ਗਿਰਦ ਨਹੀਂ ਦਬਾਸ ਵਤ ਅਗੂ ਆਲਮ ਬਾਸ ਪੋਤਰਾ ਪਰ ਪੋਤਰਾ ਮੋਲਾ ਇਹਦੀ ਜ਼ਿੰਦਗੀ ਦਰਾ ਦੇ ਮਕਸਦ ਇਤਾਂ ਸਾਰੇ ਜਿੰਨੇ ਵੀ ਬਣੇ ਨਾਲ ਮਹਿਮਾਨ ਹੈ ਮਕਸਦ ਜ਼ਾਕਰੀ ਦਿਖਾਉਣ ਨਹੀਂ ਅਗਰ ਤੂੰ ਨਾ ਪੁੱਛਦੇ ਤਾਂ ਕੋਈ ਦੱਸਾਂ ਤਾਂ ਗੁੱਟੁਰ ਦੇ ਲਥੀ ਬੋਲੀ ਸਮਝਣਾ ਦੇ ਵਿੱਚ ਕਿਹੜੀਆਂ ਗੱਲਾਂ ਆਖੀਆਂ ਸੈਯਦਾ ਦਾ ਅਯੂਬੇ ਦੱਸਾਂ ਅਯੂਬੇ ਦੱਸਾਂ ਮਦੀਨੇ ਵਾਲਾ ਰਲਾ ਦਾ ਬਾਬਾ ਸਤਮਾ ਇਮਾਮ ਮੁਸਤਫਾ ਦੇ ਵੀ ਜਗਤ ਮਿਲਵਦੀ ਸੁਣਾਉਣ ਲੈਸੇ ਆਪਨ ਕਦੇ ਲਮਾਨ ਕਰ ਕਦੇ ਮੇਰੀ ਅੱਖਾਂ ਇਜਾਜ਼ਤ ਇਮਾਮਤ ਭੁੱਲ ਸਕਦੀ ਹੈ ਉਹਲੇ ਮੁੱਦਾ ਤੇ ਪਰੇਸ਼ਾਨ ਵਾਲ ਚਿਹਰਾ ਤੁਹਾਡਾ ਕਦੇ ਮੈਨੂੰ ਦੇਖ ਬਗਦਾ ਤਾਂ ਕਹਿਦੀ ਮਾਇਆ ਰਜ਼ਾ ਦਾ ਬਾਬਾ ਮਾਇਆ ਤੇਰਾ ਸਤਵਾ ਇਮਾਮ ਕਾਜ਼ਮ ਮਾਇਆ ਰੁਣਾ ਕਰ ਯਾਰ ਸਾਲ ਦੀ ਲਾਕਰ ਦੀ ਮਿਹਨਤ ਮੈਨੂੰ ਨਹੀਂ ਪਤਾ ਇਹ ਤਾਂ ਕੱਚੀ ਕਿਹੜਾ ਬੰਦਾ ਜਿਹੜਾ ਵੱਡਾ ਬਣਵਾ ਸੀ ਹਾਏ ਨਖਰੇ ਸੀ ਜਿਹੜਾ ਸੁਣਿਆ ਤੈਸ ਇਹੋ ਮੇਰਾ ਇਮਾਮ ਹੈ ਹਦੇ ਅੱਖਾਂ ਮੇਰੀ ਜ਼ਰੂਰਤ ਨਹੀਂ ਮੈਂ ਕਿਵੇਂ ਪੁੱਛਾਂ ਲੇਕਿਨ ਨੌਕਰ ਮਰੀ ਮੈਂ ਕੋਈ ਗੱਲ ਦਾ ਜਵਾਬ ਦੇ ਕਿਹੜੇ ਜੁਰਮੇ ਚ ਕਾਇਦੇ ਸੈਯਦਾਂ ਦੇ ਜੁਰਮੀ ਹੋਏ ਮੈਂ ਰਾਹ ਤਾਂ ਸੈਯਦਾਂ ਮੈਨੂੰ ਹੋਰ ਕੋਈ ਕਸੂਰ ਨਹੀਂ ਮੈਂ ਅਲੀ ਦਾ ਪੁੱਤਰਾ ਮੁਹੰਮਦ ਜਿਤਨੇ ਬੈਠੇ ਹੋ ਪਹਿਲੇ ਬੰਦੇ ਤੋਂ ਆਖਰੀ ਬੰਦੇ ਤੱਕ ਜਿਹੜੇ ਖੜੇ ਹੋ ਅਦੇ ਮੌਲਾ ਨੌਕਰ ਕੋ ਦੱਸਿਆ ਨੌਕਰ ਕੋ ਦੱਸਿਆ ਹੈ ਤੇ ਬੇਜੁਰਮ ਮੌਲਾ ਇਹ ਦੱਸਿਆ ਫਤ ਕਿਤਨੀ ਮੁੱਦਤ ਗੁਜ਼ਰ ਗਈ ਮੈਂ ਕੁੱਥਾ ਦਾ ਅੰਦਾਜ਼ਾ ਥੀ ਵੈਸੀ ਕਿਤਨੀ ਦਾਖਰੀ ਦੇ ਸੋਹਣਿਆਂ ਦਾ ਦਿਲ ਸੁਣ ਕੇ ਕੱਚੀ ਰੋ ਸਕਦੀ ਹੈ ਅਦੇ ਮਾ ਬਿਸਮਿਲਾ ਕਾ ਅਦੇ ਮੌਲਾ ਦੱਸਿਆ ਕਿਤਨੀ ਮੁੱਦਤ ਗੁਜ਼ਰ ਗਈ ਜਲੇ ਮੁੱਦਤ ਨਾ ਮੈਂ ਕਰੀਬ ਦੇ ਕੈ ਜ਼ਿਆਦਾ ਹੈ ਇੱਥੇ ਮੈਂ ਕੋਈ ਚੋਰਵਾ ਸਾਵੇ ਪਤਾ ਨੀ ਕਿਹੜਾ ਬੰਦਾ ਜੇ ਖਰੋਣ ਨਾ ਉਸੀ ਅਦੇ ਮੌਲਾ ਮੈਂ ਕੋਲ ਬੜੀ ਦੌਲਤ ਹੈ ਮੈਂ ਦੌਲਤ ਰਹਿਣਾ ਮੌਲਾ ਤੇਰੀਆਂ ਕਦੋਂ ਛੁੜਵੈਦਾ ਰਲਾਉ ਦਾ ਬਾਬਾ ਘਰ ਵੱਲ ਵੰਜਿਆ ਤੇਰੀਆਂ ਧੀਆਂ ਤਨ ਰਾਡੇ ਦੇ ਥੱਕ ਪਈ ਉਸ ਸੈਯਦਾ ਦਾ ਯੂਬ ਰਿਸ਼ਵਤ ਦੇਖ ਮੇਰੀਆਂ ਕੈਦਾਂ ਨਾ ਛੁੜਵਾ ਸੁਲਿਆਉਣ ਮੈਂ ਮਾਮਾ ਰਿਸ਼ਵਤ ਸ਼ਰਨ ਹਰਾਮ ਅਦੇ ਮੌਲਾ ਪੂਰੀ ਜ਼ਿੰਦਗੀ ਕੈਦੇ ਗੁਨਾਹ ਛੁੜੇ ਸੇ ਅੱਖ ਨਹੀਂ ਤਨ ਦੇ ਵਰਨਾ ਸੇ ਪਤਾ ਨੀ ਕਿਹੜਾ ਬੰਦਾ ਜੇ ਕੁ ਸਮਝ ਨਾ ਉਸੀ ਸੈਯਦ ਦੇ ਨਸਾ ਕਿਹੜਾ ਮਹੀਨਾ ਅਦੇ ਮੌਲਾ ਜਮਾ ਦੀ ਉਸਨੀ ਗਰੀਬ ਦੇ ਗਲਾ ਕਿਹੜਾ ਅਦੇ ਮੌਲਾ ਰਜਬ ਸੈਯਦ ਦੇ ਰਜਬ ਦੀ ਪੰਜੀ ਉਸੀ ਤੇਰੀ ਕੈਦ ਛੋਟੀ ਅਮੀਰ ਬੰਦਾ ਜੇ ਗੁਰੋਵਣ ਨਹੀਂ ਆਇਆ ਥੋੜੀ ਕੋਸ਼ਿਸ਼ ਕਰ ਛੋੜਿਆ ਰੋਵਣ ਦੇ ਫਾਰੂਕ ਮਿਹਨਤ ਆਉਂਦੀ ਹੈ ਮੈਂ ਤੁਹਾਡੇ ਨੌਕਰ ਜ਼ਾਕਰੀ ਸਾਹਿਬ ਨਾਲ ਨਹੀਂ ਤੁਹਾਡੇ ਕੋਲ ਲੋਹਾ ਮਨਾਵਣ ਕਿਤੇ ਨਹੀਂ ਮੇਰੀ ਤਾਂ ਟੱਕੇ ਦੀ ਔਕਾਤ ਨਹੀਂ ਮੈਂ ਤਾਂ ਜਿਤਨੇ ਬੈਠੇ ਮੌਲਾ ਦੇ ਜ਼ਾਕਰ ਤੁਹਾਡੇ ਹਰ ਬੰਦੇ ਦੇ ਕਦਮਾਂ ਦੀ ਖਾਬ ਕੋਲ ਤਲਿਆ ਬਾਪੂ ਬੀਬੀ ਪਾਕ ਦੇ ਵਾਸਤੇ ਰੋਵਾ ਨਹੀਂ ਸਰ ਚੋ ਮੇਰੀ ਗੱਲ ਸੁਣੋ ਜਦੇ ਇਮਾਮ ਆਖਸ ਨਾ ਪੰਜੀ ਕੋ ਕੈਦ ਛੁੱਟਣੀ ਹੈ ਤੁਹਾਡਾ ਸਾਹ ਭਰ ਕਦਵਾ ਮੈਂ ਘਰ ਨਾ ਵਹਿੰਦਾ ਇਤਨੀ ਹਾਇ ਕਰਦਾ ਜੋ ਪਰਦੇ ਚ ਬੀਬੀਆਂ ਤੇਰੇ ਹੱਕ ਦੁਆ ਕਰਕੇ ਕਰਵਾਈ
پیچھے بیٹھے تھا پکا دیں گے اگلے دی پنجی کو دے بار لانے دی میں گھر نہ ویندا نام فرمایا گھر کیوں نہ ویندا ادے مولا تو سا کہہ دے چھو میں گھر وال ویندا کیویں ہو سکدی کین ویندے ادے مولا قید خانے دے بوت بیٹھا سا تیری نوکری کرے سا تو جو ڈاڈا غریب ہے تیرا ملاقات ہی کوئی نہیں آیا جنگلے تیری جو اٹھارہ رو دیا بالا تری تھی کر یار گریبا نگاہ میں جان لگے دیکھو مولا میں گھر ول وینا ایک لفظ بھی کائنات دی قیمت دا یہ نعت کے قرآن ہے پیر علی رضا شاہ بزرگ دار کریوے ہر کول بہت سنا سا بالا سے تے تسائی میں نام مراوے یہ نعت کے قرآن ہے قیصر عباس یہ میرے سر تے باقی جڑے ذاکر بیٹھن پھر مما سن شاہ صاحب کول پہلو پڑھدا ہے نہیں دی پہلو پڑھدا ہے یہ جتنے آرٹیفیشل لوگ اتو آندے نا ذاکر ایک کچھی علی ذاکر دے ایک ایک لائن پکا کے نام مر بڑھ گئے امام حسین دی قسم ہے جے ذاکر دی قدر کر سکدا نا لفظ سن قدمہ تے ہتھ لا کے دے مولا میں کو دعا کی تھی اوے میں اصفہان دا وڈا تاجر ہاں مولا پنجی کو کہے چھٹنی بھی میں کو داس کرے کتنے پوترے انہاں دی پوشاکا کیتی ہوا کتنی ہائے کرے جو پردے چا بھی نے تیرے حق دعا کر کے تر ونے کتنی دھیاں نی کتنی دھیاں نی تھک نی نار کتنی دھیاں نی تیری دھیاں واسطے چادر گھناوا میں کو نہیں پتا کچھی دے کڑے بندے گلاب دی سمجھ آتی رجب دی پنجی والے دیہڑے پھل بگدا آوے پر پوے تغریب کی کفل دیا مولا پتر دیا پوشاک منگیا دیا دیا چادر رونا کر یار غریبا دے غم میں جا رونا کر ادے مولا چلو ٹھیک بسم اللہ چلو نا میں نا پنج کو اسا ہن میں پھر خلیچا میں کڑے بندے دی خوشامد کرا مولا گواہ بہت ہی ساری اوکھ فیلڈ ذاکرے ہر مجلس میں ذاکر سمجھ سے تو سائے گال گھٹ سمجھ سو میں کو محمد دید کا سمجھ کیسر بات ذاکر میں کو جاننا ایک تو میں حسین نے ذکر سردار فیروز علی خان کھڑا بدماشی نہیں کی تھی زواری جان میں نہ بندے ہوں میں بندے انتناد ہوئے تھے وارسہ تناد نہ ہوئے بندے دی زندگی تے لانا تے بندے دے خون ایک فرق ہوندہ ہے بندہ آکے اتھے ہی میں نے بارے سے اوہن تے اگلے جانے وارسہ نہ دوکھا ہوندے خان سے بسم اللہ ایک لفظ میں آدھا پیا جیڑے بندے دی دھی ہے نا جیڑے بندے دی دھی ہے بندے تک ہر دھی والے بندے دی ٹھا نکل ویسی ایک دعا میں منگنا تک بی بی پاک دا واسطے بول سکدا ہے ماں نہ دی علی پڑھ کے کھیر پیلی کھیر دی لج رکھ بول میں دعا منگدا پیا امام حسین دے صدقے شالا کنا کہ دھی دے گو دا پیو روے نہیں آمین آخ چا آمین آخ چا پیو بھاویں جیڑا غریب ہوے نا دھیا واسطے بادشاہ ہوے بسم اللہ کرا قربان کرا شاہ جی امام موسیٰ کاظم دیا دھیاں دے پیرا دا نشانہ تو میں کو نہیں پتا کیڑے بندے روسن کتنے چوبرا سے مولا دی قسم ہے گھر والا ہے ایوب گھر والا ہے
سردار سے بھی نکدی ہے دیا کو کھانا رکھا ہے کھانا نہیں کھانا امام نے نو خاطر ہوتا ہے دیا بن کے دے بابا کھانا کھاتی جا رہا دن کھاتا ہی دا سلطہ پہ وارس ہے سویرے میں کنا اللہ خدینے رلا دے بابا دے جسو دعا کرو اس والا برد پیسی جلے رضا دے بابا دے لابا ہے موں دے پیٹ گیا دے جا کو پنر دیا رہے اوہ کہہ دیئے آدھیے بابا میں نے کن کے پیس رنے رضا دے بابا کہہ کیا بات ہے راضی ہوں میں جتنا پڑھا ہوں میں سارا توجہ چھوڑ گئے ادھیے بابا میری ماں مر گئی میری ماں مر گئی ہے بابا رونا کر کوشش کی تھی کر ذاکرہ کو نہ رونا کر ذکر کو رونا کر بسم اللہ کرا گھر والا ہے جی بسم اللہ جی ادھیے بابا میں پوری زندگی کدی کوئی شان منسا میرے تو منت لاویں جنا ردا او دے بابے دے کول ونے میں کنا اول کھتی ونے بسم اللہ کرا امام حسین دے لاو دار بیٹھو چوی رجب کو سندیب نے شاید دروغ ہے انگورا دی پلیٹ چاو کے 14 سالاں دے قیدی دے سامنے گنا غریب رو مال ہٹا ہے انگورا دے بیٹھا ہے خدا اسمان دے لے کے اللہ میں تری رلا اترا دیا آئے کر چھوڑے آئے کر چھوڑے آئے کر چھوڑے بھائی تھک پے میں تھک پے میں ایک دڑا توڑے ایک دڑا توڑے منہ پاتا میں بال نہیں 15-16 سال ہو گئے میں کو نوکری دینے بسم اللہ ایک دڑا چند توڑے منہ پایا اے دی کو زہر دے سے جتھو جتھو گزر دی گئی ہے نا قیصر عباس جگر کٹیں دا کے پاک بیوی پاک دا واسطے میں اللہ امتحاد تھے میں پوری زندگی جتنے سال ہو گئے پڑھ دیا نہ ہی جتنے بزرگ ذاک کے رہن سارے کچھ دے میرا بابا پھر صابر حسین شاہ چاچا دو جائے اپنا نارے اللہ غلام بات کو ذاک کری دے این نہیں ہوندہ لوڑ اندھار زلفہ جات تے چاٹا این نہیں ہوندہ تکو بی بی پاک دواز تے سونے لفظ دی ذاک کری تو رنہ کر حافظ محمد علی خان پڑھ داؤں دائی اے دی سخت زہر رہی جنہ سیخن دے درمیان 14 سال کمر سیدھی نہ کر سکتا نا سمجھیا تھا میں دیتا پیا مائی سیکھا جتنی بوسا دینیا نے ان باتیں مٹی تے جھڑن لگ گئے اتنی ہائے کر جا نال والا بندہ تیری ہائے سنے نال والا بندہ تیری ہائے سنے اور برو دے میشر تیری عالم بات ہائے تا گواہ بنے بسم اللہ کرا اے دی سخت زہر ہے اج میں کوئی یقین تھی گے یقین ہوئے جو اج نہیں بچدا یقین ہوئے پھر علی اللہ جو اج رضا دا بابا نہیں بچدا اج میں پیچھے بھجا میں کو کہ سندی ایک دفعہ والا اج میں والا میں کو کہ سندی ہر حکومت ہر قیدی دا ایک نک جائے سوال بنندی سندی ایا نیویا دا میں کدا تو کو کہ یار پانی کرا پہ میں نہ پیلا سندی میں دے ور لاج میں گھر ویندا میں کٹیے واسطے منہ نہیں ہے پتہ نہیں بندا کڑا تھی ال ہے تے گھر والا بیٹھے دے دی ڈھال نکل سی لفظ گھر تا نہ مار کے دے کہ دی تے نہیں کو گھر ہے آئے کر چھڑ یار رونے ہے نا سندیا تو میں مجبور ہوں جڑے دیوار تے پالتے نا اے تیرے جینیاں نہیں لے سکدے لالا منہ تے ارتھ لگدا ہے تھوڑا جے اونچا کر چھا بسم اللہ سندیا دے جڑا میں دیوار لہاون تے کار کیتا نا زنجیراں دے رٹھس بھائی قیصر عباس زنجیر امام دے بدن تو دے ٹٹ کے پھڑ ڈھائے پھن تے سب کا چاہ دے جاد امام اثرا امام میری اکھ تو غائب ہوئے پھر موسم سے ٹھلی رات دے ویلے او فیض ملنگ 14 سالاں دا قیدی ہائے کر چھوڑے 14 سالاں دا قیدی ਧੱਲੀ ਰਾਤ ਦੇ ਵੇਲੇ ਆਪਣੀ ਹਵੇਲੀ ਚ ਆਏ ਆਏ ਨਹੀਂ ਕੀਤੀ ਜਿਵੇਂ ਤੇਰਾ ਹੱਕ ਵੜਦਾ ਹਾ ਬਿਸਮਿਲਾ ਕਰ ਬਿਸਮਿਲਾ ਰਲਾ ਦੀ ਨਾ ਦੀ ਦੀ ਫਈਆ ਵੀ ਬਿਆ ਦੇ ਅੱਲਾ ਨਾ ਲਾਈ ਇੱਜ਼ਤ ਨਾ ਵੇ ਬਗਦਾਦ ਤੱਕ ਦੀ ਦਾ ਮਖਾਨ ਹੈ ਵੀ ਬਿਆ ਜ ਰਤ ਲਾਈ ਅੰਦਰ ਨਾ ਵੇ ਮਨੀ ਅੱਖੀਆਂ ਸੁੱਤੀਆਂ ਹੋਈਆਂ کچھ بندے امتحان کھنے بیٹھے سیدہ دے رضا دیما اچھا نہ بول پہلے نسا میں رضا دا بابا پہلے نسا میری دھیاں کی تل تیکو رضا دا بابا دی غربت داست ہے روح نیہائی کر چھوڑے تیرا پچھل میری دھیاں کی تل وارد کدمہ دیا دلا کے دیا سردار جنہ نہ تو ٹرے تیرے ٹرے جڑی قوم دی ملکہ ہے او یہ بیویاں دے ہتھ وچ
ਹੱਥੀ ਖਲਾਉਂਦੀ ਐ ਤੇ ਦੁੱਖ ਪੜਦੀ ਐ ਮਈਆਂ ਰੋਂਦੀਆਂ ਰੋਂਦੀਆਂ ਮਿੱਟੀ ਤੇ ਸਵੇਂਦੀਆਂ ਸੁੱਤੀਆਂ ਧੀਆਂ ਦੇ ਮੋਢੇ ਸਿੱਖਦੀਆਂ ਧੀਆਂ ਸਿਰਫ ਔਰ ਸਿਰਫ ਵਜ੍ਹਾ ਇਹ ਰਲੀ ਰਲਾ ਮੈਂ ਕੁਬੀ ਵਿਭਾਗ ਦੀ ਕਸਮ ਹੈ ਜਿਤਨੇ ਸਾਲ ਥੇ ਗਏ ਮੈਂ ਪੜ੍ਹਦਿਆਂ ਇਹ ਸਾਰੇ ਇਲਾਕੇ ਚ ਮੌਲਾ ਦਰਜਾਤ ਬੁਲੰਦ ਫਰਮਾਵੇ ਪੀਰ ਸਾਬਰ ਹਸਾਨ ਸ਼ਾਹ ਕੁਕੜੀ ਤੇ ਪੜ੍ਹਦਾ ਹੈ ਇਹ ਮੁਫਤ ਗਰੀਬਾਂ ਦੀ ਮੈਂ ਮੁਹੰਮਦ ਦੀ ਧੀ ਦੀ ਕਸਮ ਹੈ ਅਸੀਂ ਉਹ ਪੜ੍ਹਦੇ ਅਸਾਂ ਹੈ ਉਹਨਾਂ ਦੀ ਜੁੱਤੀ ਦੇ ਬਰਾਬਰ ਹਾਥਰ ਨਹੀਂ ਦਿਲ ਤੇ ਚਾਨਣੇ ਵਾਲਾ ਫੀਰਾ ਉਹਨਾਂ 18 ਧੀਆਂ ਦੇ ਦਿਲ ਤੇ ਕੀ ਗੁਜ਼ਰੀਓ ਸੀ ਜਿਹਨਾਂ ਕੋ ਧੀਆਂ ਦੇ ਅੱਖਾਂ ਦੇ ਰੇ ਦੇ ਪਿਓ ਕੋ ਖੂਨ ਦੀ ਉਲਟੀ ਆਈ ਹੋ ਸੀ ਕੁਝ ਦੇਰ ਤੋਂ ਆਪ ਚਾ ਚਾ ਕੇ ਪਹਿਲਾਂ ਬੈਠੇ ਅਗਲੀ ਗੱਲ ਤੇ ਜਵਾਬ ਜ਼ਰੂਰ ਸਾਰੇ ਵਾਰ ਸੁਣੋ ਪੰਜੀ ਕੂ ਇਮਾਮ ਦਾ ਇੰਤਕਾਲ ਹੋਏ ਅੱਗੇ ਬੋਲੇ ਹੁਸੈਨ ਨਵਾਸੀ ਅਗਲੀ ਗੱਲ ਜ਼ਰੂਰ ਬੋਲੇ ਜ਼ਵਾਰ ਸਾਹਿਬ ਤੁਹਾਡੇ ਕੋਲ ਪੁੱਛਦਾ ਇਮਾਮ ਦਾ ਜਨਾਜ਼ਾ ਕਾਫੀ ਸਾਰੇ ਲੋਕ ਗਏ ਉਸ ਬੋਲੋ ਨਹੀਂ ਮੈਂ ਕੋਈ ਦੀ ਗੁਰਬਤ ਦੀ ਕਸਮ ਹੈ ਬਗਦਾਦ ਦੀ ਮੰਡੀ ਚ ਚਾਰ ਮਜ਼ਦੂਰ ਛਡਵਾਏ ਮਜ਼ਦੂਰ ਮਈਆਂ ਚੰਨਾ ਕੈਦੀ ਦਾ ਮਈਆਂ ਤੇ ਬਾਹਰ ਨਹੀਂ ਵੇਦਾ ਬਗਦਾਦ ਦੀ ਪੁਲ ਦਾ ਪਹੁੰਚਾਈ ਨੇ ਲਫ਼ਜ਼ ਬਣੋ ਨਾ ਤਾਂ ਜਫਾਗ ਅਲੀ ਬੰਦੇ ਬਾਤ ਫਟ ਕੇ ਬੈਠ ਰਹੇ ਰੂਹ ਤੇ ਨਹੀਂ ਅਫਜ਼ਲ ਖਾਨ ਦਾ ਜਲਸਾ ਹੁੰਦਾ ਉਹਦੇ ਮਜਲਿਸ ਮੈਂ ਪੜ੍ਹਦਾ ਪਿਆ ਮੈਂ ਆਖਿਆ ਮਜ਼ਦੂਰਾ ਮਈਅਤ ਚਾਈ ਰਜ਼ਾ ਦੇ ਬਾਬੇ ਦੀ ਬਗਦਾਦ ਦੇ ਪੁੱਲ ਤੇ ਪਹੁੰਚਾਈ ਭਾਈ ਸ਼ੌਕਤ ਉੱਠੀ ਖੜਾ ਸ਼ੌਕਤ ਰਜ਼ਾ ਸ਼ੌਕਤ ਅਦਰ ਭਾਈ ਵੱਡੇ ਪਿਓ ਦਾ ਪੁੱਤਰ ਰਜ਼ਾ ਦੇ ਬਾਬੇ ਦੀ ਗੁਰਬਤ ਦਾ ਵਾਸਤੇ ਹੀ ਪਰਦਾ ਨਾ ਪਤਾ ਕਰ ਮਜ਼ਦੂਰਾ ਮਈਅਤ ਪਹੁੰਚਾਈ ਨਹੀਂ ਬਗਦਾਦ ਦੇ ਪੁੱਲ ਤੇ ਸਰ ਚੋੜੀਏ ਤੇਰੇ ਕੋਲ ਕੋਈ ਤਾਂ ਇਵੇਂ ਪਿਵਾਰ ਸਹਿ ਨਹੀਂ ਆ ਵਤਨ ਤੇ 18 ਧੀਆਂ ਹਾਈ ਖਰਚਾ ਯਾਰ ਰੋ ਲੈ ਸਕਦਾ ਤਾਂ ਕੋਸ਼ਿਸ਼ ਕਰ ਤਾਂ ਇਮਤਿਹਾਨ ਨਾ ਥਿਨ ਬੋਲ ਕੇ ਜਵਾਬ ਦੇਵੇ ਮਜਾਲ ਭਾਈ ਹੌਸਲੇ ਨਾਲ ਭਾਈ ਹੌਸਲੇ ਨਾਲ ਭਾਈ ਨਿਆਜ਼ ਹੁਸੈਨ ਜਿੱਤਨੇ ਬੈਠੇ ਹੋ ਤੁਹਾਡੇ ਕੋਲ ਪੁੱਛਦਾ ਮਾਦਾ ਕਹਿੰਦਾ ਹਈ ਬੋਲੋ ਅਯੂਬ ਦਾ ਵਾਦਾ ਹਈ ਭਾਈ ਕੈਸਰ ਅਬਾਸ ਅਯੂਬ ਦਾ ਵਾਦਾ ਹਈ ਬਗਦਾਦ ਦੀ ਫੁੱਲ ਦਾ ਵਾਦਾ ਹਈ ਮਨਾਂ ਜਿਵੇਂ ਅਯੂਬ ਆਦਤ ਮੁਤਾਬਕ ਬਾਗਲ ਇੱਕ ਨਿੱਕੀ ਜਿਹੀ ਥੀ ਹੈ ਜਦ ਉਂਗਲੀ ਨਾਲ ਲਈ ਵੰਦੇ ਕਫਨ ਦਾ ਕਪੜਾ ਫਗਲ ਵਿੱਚ ਵਰਦੀ ਵੰਦੇ ਪਿੱਟੇ ਦਾ ਵੰਦੇ ਆਦੇ ਮੈਂ ਕੁ ਲੱਭਦਾ ਹੀ ਨਹੀਂ ਤੇਰੇ ਬਾਦੇ ਸਦਵਾ ਵੇ ਆ ਕੋਈ ਫੇਲਾ
ਰੰਗਾ ਕਰ ਰੰਗਾ ਕਰ ਬੰਦ ਫੜਦਾ ਸੋਝੀਆਂ ਨਾਲ ਕੋਸ਼ਿਸ਼ ਕਰਿਆ ਅਯੂਬਾ ਦੇ ਮਾਈ ਕੌਣ ਮਰ ਗਈ ਇਜਾਜ਼ਤ ਹੈ ਮੈਂ ਜ਼ਿਆਰਤ ਕਰ ਗਿਆ ਕਪੜਾ ਹਟਾ ਦੀਦ ਭਈਆ ਟੱਕਰ ਮਾਰ ਕੇ